और 3 साल का समा उन्होंने जीवन काल के इन्होंने इतने बतीत करना किया। और जितना भी साध संगत महापुरखों के नाल बाबा किशन सिंह जी के नाल इतना प्यार सत्कार से इन्होंने हिरदे के अंदर उन्होंने प्रति जो भी संगत सेवा दिंदियां और कोई वस्त्र होंगे वो सारे जिन्ना चर बाबा किशन सिंह महाराज जी का शरीर रहा वो सारे का सारा महापुरख राड़ा साहब चढ़ावा भी वह वस्त्र भी सारे उत्थे दिंदे रहे। ऐसा प्यार सी महापुरखों के नाल जिस वेले महापुरख बाबा किशन सिंह जी महाराज जी ने अपने पांच भूतक शरीर का परित्याग करना किया साध संगत महापुरखों नू अपने प्यारे महापुरखों का ऐसा विछोड़ा साध संगत तड़फाउण लग्या। विछोड़े दे दुख दे विच ही महापुरखों ने 9 साल का समा गुजारना किया पर अपने प्यारे तो बिना हर समय साध संगत उन्हां दे अंदर यही तड़फ लगी रहिंदी सारे प्यार ना पढ़ो कादा जीवना बाज प्यारे आप महापुरखों की साध संगत याद दे विच विछोड़े दे अंदर महापुरखों ते ऐसा गहरा असर होया अपने सतपुरशां दे विछोड़े दा। मुड़ के साध संगत उन्होंने कोई बहुता दुनिया दे लोकां दे नाल कोई बहुता स्नेह नहीं रखना कीता अपनी मौज दे अंदर ही बैठे रहना किसे नाल कोई दुनियावी गलबात ना करनी केवल ते केवल अकाल पुरख वाहिगुरु दे नाल ही जुड़े रहना। और जदों भी किसी पासे किसी समागम ते जाना दीवाना ते जाना गड्डी दे विच बैठण सार सेवादारां नूं इशारा कर देना कि भाई गुरबाणी दा जाप करना कर कदे श्री जपजी साहब के पाठ कराने कदे श्री सुखमणी साहब के जाप कराने कदे पंजां बाणियां के नितनेम के जाप कराने आउंदे भी बाणी पढ़ते जाना जांदे भी बाणी पढ़ते जाना ऐसा बाणी के नाल उन्हां दा प्यार सी। और साध संगत जदों 99 दा समा आया
1999 ਦੇ ਵਿੱਚ ਜਿਸ ਵੇਲੇ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਮਹਾਂਪੁਰਖਾਂ ਨੇ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਨਾ ਕੀਤਾ, ਉਸ ਦਿਨ ਰਾਤ ਨੂੰ ਸਾਧ ਸੰਗਤ ਬਾਬਾ ਕਰਮ ਸਿੰਘ ਜੀ ਮਹਾਰਾਜ, ਜਥੇਦਾਰ ਬਾਬਾ ਮੁਖਤਿਆਰ ਸਿੰਘ ਜੀ ਜੋ ਸਰੀਰ ਕਰਕੇ ਨਹੀਂ ਰਹੇ ਉਹਨਾਂ ਦੀ ਸੇਵਾ ਦੇ ਵਿੱਚ ਸੀ। ਭਾਈ ਪਰਮਜੀਤ ਸਿੰਘ ਜੀ ਦਿਨੇ ਸੇਵਾ ਕਰਿਆ ਕਰਦੇ ਸਨ, ਰਾਤ ਨੂੰ ਜਥੇਦਾਰ ਬਾਬਾ ਮੁਖਤਿਆਰ ਸਿੰਘ ਜੀ। ਜਿਸ ਦਿਨ ਬਾਬਾ ਜਥੇਦਾਰ ਜੀ ਮਹਾਂਪੁਰਖਾਂ ਨੇ ਸਰੀਰ ਛੱਡਿਆ ਉਸ ਵੇਲੇ ਸਾਧ ਸੰਗਤ ਮਹਾਂਪੁਰਖ ਆਵਾਜ਼ ਦਿੰਦੇ ਨੇ, ਕਹਿੰਦੇ ਮੁਖਤਿਆਰ ਸਿਆਂ, ਕਹਿੰਦੇ ਅੱਜ ਚਿੱਟੇ ਵਸਤਰ ਪਾਏ ਹੋਏ ਹਨ, ਮੈਨੂੰ ਆਵਾਜ਼ਾਂ ਮਾਰਦੇ ਨੇ, ਗਿਆਨੀ ਜੀ ਹੁਣ ਆਪਾਂ ਇੱਥੇ ਬੈਠੇ ਹੀ ਰਹਿਣਾ, ਚਲੋ ਚੱਲੀਏ ਹੁਣ ਆਪਾਂ। ਜਥੇਦਾਰ ਜੀ ਕਹਿਣ ਲੱਗੇ ਮੁਖਤਿਆਰ ਸਿੰਘ, ਕਹਿੰਦੇ ਬਾਬਾ ਜੀ ਮੈਨੂੰ ਤਾਂ ਕੋਈ ਨਹੀਂ ਦਿਖਦਾ, ਕਹਿੰਦੇ ਆ ਸਾਹਮਣੇ ਖੜ੍ਹੇ ਨੇ ਸਾਧ ਸੰਗਤ। ਐਸੀ ਖੇਡ ਵਰਤੀ ਜਦੋਂ ਦਿਨ ਚੜ੍ਹਿਆ ਪਹਿਰੇਦਾਰ ਜੋ ਰਾੜਾ ਸਾਹਿਬ ਮਹਾਂਪੁਰਖਾਂ ਦੇ ਸਥਾਨ 'ਤੇ ਸੇਵਾ ਕਰਦੇ ਨੇ ਉਹ ਇੱਥੇ ਨਮਸਕਾਰ ਕਰਨ ਦੇ ਵਾਸਤੇ ਆਏ, ਉਹਨਾਂ ਨੇ ਆ ਕੇ ਦੱਸਣਾ ਕੀਤਾ ਕਿ ਮਹਾਂਪੁਰਖੋ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਸੱਚਖੰਡ ਚਲੇ ਗਏ, ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰ ਗਏ। ਉਸ ਵੇਲੇ ਸਾਧ ਸੰਗਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਸਹਿ ਸਭਾ ਬਚਨ ਕਰਦੇ ਹਨ, ਕਹਿੰਦੇ ਭਾਈ ਜਥੇਦਾਰ ਜੀ ਦੇ ਬਾਬਾ ਭੁਪਿੰਦਰ ਸਿੰਘ ਜੀ ਦੇ ਨਾਲ ਕਹਿੰਦੇ ਜਾਂਦੇ ਜਾਂਦਿਆਂ ਨੇ ਵੀ ਆਪਣਾ ਕਹਿੰਦੇ ਪ੍ਰੇਮ ਨਿਭਾਤਾ, ਕਹਿੰਦੇ ਉਹਨਾਂ ਨੇ ਇਸ ਦੇ ਇਹ ਖਿਆਲ ਕਰਨਾ ਕੀਤਾ ਕਿ ਭੁਪਿੰਦਰ ਸਿੰਘ ਨੂੰ ਬਹੁਤਾ ਕੋਈ ਪ੍ਰਬੰਧ ਨਾ ਕਰਨਾ ਪਵੇ ਸਾਡੀ ਬਰਸੀ ਮਨਾਉਣ ਦੇ ਵਾਸਤੇ, ਸਾਡੀ ਯਾਦ ਮਨਾਉਣ ਦੇ ਵਾਸਤੇ। ਰੁੱਤ ਵੀ ਕਹਿੰਦੇ ਲੋਟ ਹੈ, ਵੱਤ ਵੀ ਲੋਟ ਹੈ, ਨਾ ਬਹੁਤਾ ਕਹਿੰਦੇ ਟੈਂਟ ਲਾਉਣ ਦੀ ਲੋੜ ਹੈ, ਨਾ ਕੋਈ ਹੋਰ ਬਹੁਤਾ ਪ੍ਰਬੰਧ ਕਰਨ ਦੀ ਲੋੜ ਹੈ। ਸਾਧ ਸੰਗਤ 3 ਮਹੀਨੇ ਪਹਿਲਾਂ ਮਹਾਂਪੁਰਖਾਂ ਨੇ ਇਸ਼ਾਰਾ ਕਰ ਦਿੱਤਾ ਸੀ, ਕਹਿੰਦੇ ਜਿਹੜਾ ਸਾਡਾ ਸਮਾਂ ਆਉਂਦਾ ਨਾ ਉਹ ਕਹਿੰਦੇ ਬਹੁਤਾ ਕਹਿੰਦੇ ਕਿਹੜੇ ਸਮੇਂ ਦੇ ਵਿੱਚ ਆਉਂਦਾ, ਇਹ ਵਚਨ ਕਰਨੇ ਕੀਤੇ। ਉਹ ਵਚਨ ਸਾਧ ਸੰਗਤ ਜਦੋਂ ਕਰਨੇ ਕੀਤੇ ਮਹਾਂਪੁਰਖਾਂ ਨੇ ਪ੍ਰਸ਼ਾਦ ਪਾਣੀ ਛਕਿਆ। ਅੰਮ੍ਰਿਤ ਵੇਲੇ ਬਾਬਾ ਮੁਖਤਿਆਰ ਸਿੰਘ ਨੇ ਬੇਨਤੀ ਕੀਤੀ ਕਿ ਬਾਬਾ ਜੀ ਜਥੇਦਾਰ ਜੀ ਦੇ ਅੰਤਿਮ ਦਰਸ਼ਨ ਕਰਨ ਦੇ ਵਾਸਤੇ ਜਾਣਾ ਹੈ ਆਪ ਜੀ ਨੇ। ਕਹਿੰਦੇ ਮੁਖਤਿਆਰ ਸਿੰਘ ਕਹਿੰਦੇ ਮੇਰਾ ਕਹਿੰਦੇ ਉੱਥੇ ਮਨ ਠੀਕ ਨਹੀਂ ਰਹਿਣਾ, ਮੈਂ ਤਾਂ ਉਹਨਾਂ ਨੂੰ ਦੇਖਿਆ ਨਹੀਂ ਜਾਣਾ, ਕਹਿੰਦੇ ਸਾਰੀ ਜ਼ਿੰਦਗੀ ਅਸੀਂ ਕਹਿੰਦੇ ਨਾਲ ਬਤੀਤ ਕੀਤੀ ਹੈ ਔਰ ਸਾਧ ਸੰਗਤ ਇਹ ਮਨ ਦੇ ਵਿੱਚ ਮਹਾਂਪੁਰਖਾਂ ਦੇ ਹਿਰਦੇ ਦੇ ਅੰਦਰੋਂ ਇਹ ਆਵਾਜ਼ਾਂ ਆਉਂਦੀਆਂ ਨੇ।